ਇਕ ਹੋਰ ਐਕਸੀਡੈਂਟ ਦੀ ਖਬਰ ਹੈ ਨਾਲ ਤੁਸਾਂ ਨਾਲ ਹਾਜ਼ਰਾਂ ਮੈਂ ਮੁਹੰਮਦ ਕਾਦਰ ਤੁਸਾਂ ਤਕਣੇ ਉਪੇ ਕਾਉਡੀ ਟੀਵੀ ਫੈਮਿਲੀ YouTube ਚੈਨਲ ਕੰਨਾ ਮੋੜ ਤੇ ਟਰੱਕ ਪ੍ਰਤਨ ਹੋਇਆ ਰਮਜ਼ਾਨ ਦਾ ਮਹੀਨਾ ਵੀ ਹੈ ਔਰ ਆਏ ਰੋਜ਼ ਚਕਸਵਾਰੀ ਨਹੀਂ ਆ ਦੂਦਿਚ ਕੋਈ ਨਾ ਕੋਈ ਟਰੱਕ ਪ੍ਰਤਨ ਜਾਣਾ ਕੋਈ ਨਾ ਕੋਈ ਗੱਡੀ ਜਾਣਾ ਐਕਸੀਡੈਂਟ ਨਾਲ ਅਚਾਨਕ ਸਕਾਰ ਹੋ ਜਾਨੀਆਂ पाक खैर ही फरमान य मशीन लाई भी है ने संगला बनी त उसने ना इस ट्रक है कि थोड़ा जहा सीधा किता ने यह खंडा मोड़ तू तो मीटपर साइड तो तू आई रहा बड़ी स्पीडा च हो और नाल ही इस कोने अच्छी तरह बुन परतन गया जानी नुकसान तो कोई नहीं होया लेकिन यह ट्रक बहुत कुछ हो गया जख्मी हुए लोग थोड़े बहुत क्योंकि ਜਿਲਾ ਵੀ ਐਕਸੀਡੈਂਟ ਹੋਣਾ ਤਾਂ ਛੰਡ ਲਗਣੀ ਆ ਹਾ ਤਾਂ ਕੋ ਸੰਗਲ ਬੱਦੀ ਨੇ ਦੋ ਸੰਗਲਾਂ ਵੱਡੀਆਂ ਮੋਟੀਆਂ-ਮੋਟੀਆਂ ਸੰਗਲਾਂ ਵੱਡੀਆਂ ਨੇ ਕਿਉਂਕਿ ਟਰੱਕਾ ਨਾ ਵਜ਼ਨ ਹੋਣਾ ਤਾਂ ਹੁਣ ਇਹ ਬੰਦਾ ਜਿਹੜਾ ਨਾ ਜਿਗਾਰ ਲਾਇਆ ਬਾਰੀ ਖੋਲੀ ਦੇ ਵਿੱਚ ਜਵਾਨ ਜਾਣੇ ਨੇ ਤਾਂ ਕਿ ਇਸ ਟਰੱਕਾ ਕਿ ਥੋੜਾ ਜਿਹਾ ਉਹ ਸਟਾਰਟ ਕਰੀ ਬਾਹਰ ਕੱਢੀ ਤਾਂ ਤੁਸੀਂ ਕੀ ਦੱਸਾਂ ਵੀਡੀਓ ਸਾਂ ਤਾਂ ਨਾਲ ਹੀ ਰੋਜ਼ਿਆਂ ਵਿੱਚ ਦੁਆ ਵੀ ਕਰੋ ਅੱਲਾ ਪਾਕ ਕਰਮ ਪ੍ਰਮਾਣ ਸਾ ਸਾਡੀ ਚਕਸਵਾਰੀ ਪਰ ਇਹ ਖੰਡਾ ਮੋੜ ਦਾ ਮਕਾਮ ਹੈ ਜੀ ਪਲਾਈ ਮੋੜ ਖੰਡਾ ਮੋੜ ਅੱਧ ਪਲਾਈ ਮੋੜ ਅਹ ਪੁਰਾਣੀਆਂ ਬਿਲਡਿੰਗਾਂ ਵੀ ਐਨ ਇੱਥੇ ਇਹ ਹੁਣ ਟਰੱਕ ਹੈ ਕਿ ਤਕਰੀਬਨ ਆਲਮੋਸਟ ਸਿੱਧਿਆਂ ਕਰੀ ਕਿੰਦਾ ਨੇ ਬੰਦਾ 20 ਵਿੱਚ ਜਾਣਾਂ ਦੀਆਂ ਤਿਆਰੀਆਂ ਵਿੱਚ ਹੈ ਲੇਕਿਨ ਇਹ ਤਾਂ ਕੋਨਾ ਜਿਹੜੇ ਨੰਬਰਦਾਰ ਹਨ ਬਣੇ ਹੋਏ ਨੇ ਕਿ ਇਹ ਹੁਣ ਇੱਥੇ ਐਸੀ ਗਾਈਡਲਾਈਨ ਦੇ ਰਹੇ ਹਨ ਸਾਰੇ ਮਸ਼ੀਨਾਂ ਲਾ ਕੇ ਕਰਾ ਬਹਿਰ ਵਾਲੇ ਅਫਸੋਸ ਨਾ ਖਬਰ ਹੈ ਖੰਡਾ ਮੋੜ ਜਿਹੜਾ ਐਕਸੀਡੈਂਟ ਹੋਇਆ ਦਾ ਇਹ ਹੁਣਾਂ ਟਰੱਕ ਟੁੱਰੀ ਪਿਆ ਇਹ ਹੁਣਾਂ ਤਕਰੀਬਨ ਆਲਮੋਸਟ ਇਸ ਕੀ ਬਾਰ ਵੀ ਕੱਢੀ ਕਿੰਦਾ ਹੁਣ ਅਜੇ ਵੀ ਕੌਸ਼ਾਂ ਜਾਰੀ ਨੇ ਇਹ ਹੁਣ ਪੂਰਾ ਤਕਰੀਬਨ ਸਨੇਵੀ ਚਾਹੀ ਗਿਆ ਤਾਂ ਹੁਣ ਤੋਂ ਸਨੇ ਤੋਂ ਕਿਸਾ ਟਰੱਕੇ ਦਾ ਧੂਆ ਹੀ ਸੀ ਮਸ਼ੀਨਾਂ ਨੇ ਬੈਕ ਸਾਈਡ ਪਰ ਫਿਰ ਜਾਣਾ ਪਈ ਸੀ ਉਹ ਕਾਫੀ ਤੜਾ ਇਥਾ ਤਰੁੱਟੇ ਆ ਵੀ ਆ ਤੇ ਇਹ ਤਕਰੀਬਨ ਆਲਮੋਸਟ ਇਸ ਕੀ ਆਖੀ ਤੱਕ ਨੇਓ ਕੇ ਟਰੱਕ ਬਾਹਰ ਕੱਢ ਜਾਂਦਾ ਉਹਨਾਂ ਇਹ ਪ੍ਰਤਨ ਗਿਆ ਸੀ ਬਿਲਕੁਲ ਠੱਠੀ ਅਸੀਂ ਤਲਾ ਜਿਲ੍ਹਾ ਸਭ ਪਹੁੰਚਿਆ ਦੋਸਤ ਲੈ ਇਸ ਕੀ ਉਹਨਾਂ ਚਾਹੀਦਾ ਸੀ ਪਰ ਥੋੜਾ ਜਿਹਾ ਬਲਕੇ ਸਿੱਧਾ ਕਰਨ ਸਨ ਪੇ ਮਸ਼ੀਨ ਨਾਲ ਹਾਂ ਤਾਂ ਕੋਈ ਨਹੀਂ ਸਾੜੜਾ ਨੀਚੇਲਾ ਸੀ ਕਾਫੀ ਡਿਸਟਰਾਇ ਹੋਇਆ ਉਮੀਦ ਹੈ ਵੀਡੀਓ ਚੰਗੀ ਲੱਗੀ ਉਸੀ ਤੇ ਦਵਾ ਜ਼ਰੂਰ ਕਰੇਗਾ ਅੱਲਾ ਪਾਕ ਕਰਮ ਫਰਮਾਉਂਦਾ ਹੈ ਐਕਸੀਡੈਂਟ ਘਟਾਉਣ ਇਸਨੇ ਨਾਲ ਆ ਮੇਜ਼ਬਾਨ ਆਪਣੇ ਮੇਜ਼ਬਾਨ ਮੁਹੰਮਦ ਕਾਦਰ ਦੀ ਦੇਸੋ ਇਜਾਜ਼ਤ ਚੰਗ ਜੀ ਵੀਡੀਓ ਨਾਲ ਮਿਲਤਾਂ ਲਸਤੋ ਨੇ